ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ, ਵੈਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਜਗਰਾਉਂ ਤੋਂ। ਅੱਜ ਇੱਕ ਹੋਰ ਖੁਸ਼ਖਬਰੀ ਹੈ ਜੀ, ਅਜੈਵੀਰ ਸਿੰਘ ਜੋ ਕਿ ਪਟਿਆਲਾ ਤੋਂ ਨੇ, ਇਹਨਾਂ ਦਾ ਓਪਨ ਵਰਕ ਪਰਮਿਟ ਆਇਆ ਜੀ। ਸੋ ਅਜੈਵੀਰ ਨੂੰ ਪੁੱਛਾਂਗੇ, ਪਹਿਲਾਂ ਪਹਿਲਾਂ ਮੈਨੀ 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 ਕੰਗ੍ਰੈਚੁਲੇਸ਼ਨ। ਥੈਂਕ ਯੂ ਸਰ। ਸੋ ਇਹਨਾਂ ਨੂੰ ਪੁੱਛਾਂਗੇ ਕਿ ਇਹਨਾਂ ਦੀ ਜਰਨੀ ਵੈਨਿਊਰ ਇੰਗਲਿਸ਼ ਨਾਲ ਕਿੱਦਾਂ ਦੀ ਰਹੀ। ਅਜੈਵੀਰ, ਕਿੱਦਾਂ ਦੀ ਰਹੀ ਤੁਹਾਡੀ ਜਰਨੀ? ਬਹੁਤ ਵਧੀਆ ਰਹੀ ਹੈ ਸਰ। ਪਹਿਲਾਂ ਮੇਰੇ ਆਲਮੋਸਟ 5 ਰਿਫਿਊਜ਼ਲ ਸੀਗੀਆਂ, ਅਤੇ ਚੰਡੀਗੜ੍ਹ ਹੋ ਗਿਆ, ਹੋਰ ਆਪਣੇ ਨਾਮੀ ਜਿੰਨੇ ਵੀ ਹੈਗੇ ਨੇ, ਆਲਮੋਸਟ ਸਾਰੇ ਦੇ ਚਲਾ ਗਿਆ। ਸੋ ਇਹ ਚੀਜ਼ ਬੜੀ ਨੋਟ ਕਰਨ ਵਾਲੀ ਹੈ ਕਿ ਇਹਨਾਂ ਦੇ 5 ਰਿਫਿਊਜ਼ਲ ਸੀਗੇ, 6ਵੀਂ ਵਾਰ ਇਹ ਵੈਨਿਊਰ ਇੰਗਲਿਸ਼ 'ਤੇ ਆਏ। ਅਸੀਂ ਪ੍ਰੋਪਰਲੀ ਐਨਾਲਾਈਜ਼ ਕੀਤੀ ਇਹਨਾਂ ਦੀ ਪ੍ਰੋਫਾਈਲ, ਇਹਨਾਂ ਦੇ ਜਿਹੜੇ ਵਾਈਫ ਪਰਮਿੰਦਰ ਮੈਡਮ, ਹਾਂਜੀ, ਉਹਨਾਂ ਦਾ ਵੀ ਪਹਿਲਾਂ ਇੱਕ ਰਿਫਿਊਜ਼ਲ, ਉਹਨਾਂ ਦਾ ਰਿਫਿਊਜ਼ਲ ਆਇਆ ਸੀ, ਫਿਰ ਸਰ ਕੋਲ ਕਿਸੇ ਨੇ ਰਿਕਮੈਂਡ ਕੀਤਾ, ਫਿਰ ਸਰਕਲ ਆਏ, ਫਿਰ ਉਹਨਾਂ ਦੇ ਵੀਜ਼ਾ, ਉਹਨਾਂ ਨੂੰ ਵੀ ਅਸੀਂ ਭੇਜਿਆ ਸੀਗਾ ਕੈਨੇਡਾ, ਐਂਡ ਸ਼ੀ ਇਜ਼ ਦੇਅਰ। ਹੁਣ ਇਹਨਾਂ ਦਾ ਓਪਨ ਵਰਕ ਪਰਮਿਟ, ਸਪਾਊਸ ਓਪਨ ਵਰਕ ਪਰਮਿਟ ਅਸੀਂ ਲਗਵਾ ਕੇ ਦਿੱਤਾ ਹੈ, ਐਂਡ ਵੀ ਆਰ ਵੈਰੀ ਹੈਪੀ ਟੂਡੇ। ਔਰ ਇਹਨਾਂ ਦੀ ਫਾਈਲ ਬਹੁਤ ਕੰਪਲੈਕਸ ਸੀਗੀ, ਜਿਸ ਤਰ੍ਹਾਂ UK, ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਕੈਨੇਡਾ ਦੇ 2 ਹੋਰ ਰਿਫਿਊਜ਼ਲ ਸੀਗੇ, ਉਹਨਾਂ ਨੂੰ ਟੈਕਲ ਕੀਤਾ, ਪ੍ਰੋਪਰ SOP ਬਣਾਈ ਔਰ ਵਰਕਆਊਟ ਕੀਤਾ, ਔਰ ਵਿਦ ਗੋਡਸ ਗ੍ਰੇਸ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਇਹਨਾਂ ਦਾ ਵੀਜ਼ਾ ਆ ਗਿਆ। ਥੈਂਕ ਯੂ ਸੋ ਮਚ, ਐਂਡ ਅਗੇਨ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ। ਟੇਕ ਕੇਅਰ। ਥੈਂਕ ਯੂ।